ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮੁ ਅਲੈਕੁਮ। ਵੇਖਦੇ ਪਏ ਹੋ ਤੁਸੀਂ ਪਾਕ ਪਤਨ ਪੰਜਾਬ ਟੀਵੀ। ਮੈਂ ਹਾਂ ਤੁਹਾਡਾ ਮੇਜ਼ਬਾਨ ਮੁਹੰਮਦ ਹਸਨ ਰਜ਼ਾ। ਜਿਵੇਂ ਕਿ ਦੋਸਤਾਂ ਨੂੰ ਪਤਾ, ਅਸੀਂ ਡੇਲੀ ਕੋਸ਼ਿਸ਼ ਕਰਦੇ ਹਾਂ ਬਾਈਆਂ ਵਾਸਤੇ ਅੱਛੇ ਤੋਂ ਅੱਛੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਅੱਜ ਜਨਾਬ ਬੜੇ ਦਿਹਾੜਿਆਂ ਤੋਂ ਬਾਅਦ ਫਿਰ ਬਾਈ ਨਈਮ ਦੇ ਕੋਲ ਆਇਆ। ਮੱਝਾਂ ਵਿਖਾਉਣੀਆਂ ਨੇ ਦੋਸਤਾਂ ਨੂੰ ਦੋ। ਆ ਜਿਹੜੇ ਦੋਸਤ ਡੇਲੀ ਫੋਨ ਕਰਕੇ ਆਖਦੇ ਨੇ ਕਿ 18-20 ਕਿਲੋ ਵਾਲੀ ਮੱਝ ਚਾਹੀਦੀ ਹੈ, ਅੱਜ ਗੱਲਾਂ ਨੇ ਉਹਨਾਂ ਬਾਈਆਂ ਦੇ ਨਾਲ, ਉਹਨਾਂ ਸ਼ੌਕੀਨਾਂ ਦੇ ਨਾਲ। ਪਹਿਲੇ ਨੰਬਰ 'ਤੇ ਮੱਝ ਤੁਹਾਨੂੰ ਵਿਖਾਈ ਜਾ ਰਹੀ ਹੈ, ਸਜਰੀ ਸੂਈ ਮੱਝ। ਮੱਝ ਨੂੰ ਆਰਡਰ ਮਾਸ਼ਾਅੱਲਾ ਬੜਾ ਵੱਡਾ, ਬੜਾ ਖੂਬਸੂਰਤ ਆਰਡਰ ਹੈ। ਦੁਨੀ ਤੋਂ ਸੂ ਤੱਕ ਮਾਸ਼ਾਅੱਲਾ ਮੱਝ ਕਰਮਾਂ ਵਾਲੀ ਫੱਟੇ ਲਾਈ ਖਲੀਏ, ਪੰਡਾ ਲਾਈ ਖਲੀਏ। ਅੱਲਾ ਦੇ ਹੁਕਮ ਦੇ ਨਾਲ ਐਵੇਂ ਦੀਆਂ ਮੱਝਾਂ ਅਗਰ 18-20 ਕਿਲੋ ਨਾ ਦੇਣ ਤਾਂ ਫਿਰ ਕਿਸੇ ਨਹੀਂ ਦੇਣਾ। ਫਿਰ ਜਨਾਬ ਅੱਗੇ ਆ ਜਾਣਾ ਥਣਾਂ 'ਤੇ। ਮੱਝ ਨੂੰ ਥਣ ਮਾਸ਼ਾਅੱਲਾ ਰਸਗੁੱਲੇ ਲੱਗੇ ਨੇ, ਬੜੇ ਖੂਬਸੂਰਤ ਰੁਕ ਰੁਕ ਦੇ ਥਣ, ਅਤੇ ਦੋਹਰਾ ਔਰ ਪਾਵਰ ਵਾਲਾ ਥਣ ਲੱਗਿਆ ਵਿਰਲ, 4-6 ਇੰਚ ਵੰਡਾ ਮਾਸ਼ਾਅੱਲਾ ਮੱਝ ਨੂੰ ਬੜੀਆਂ ਪਿਆਰੀਆਂ। ਮੱਝ ਨੂੰ ਲਿਬਾਸ ਬੜਾ ਬਿਹਤਰੀਨ, ਮੱਝ ਨੂੰ ਹੱਡੀਆਂ ਚੰਗੀਆਂ ਨੇ, ਪੁੱਟਾ ਮੱਝ ਨੂੰ 2-4 ਫੁੱਟ ਚੜਾ, ਖੁੱਡਾ ਮੱਝ ਨੂੰ ਬੜਾ ਖੂਬਸੂਰਤ ਸਜਰੀ ਸੂਈ, ਬੋਲਾ ਦੇ ਵਿੱਚ ਮੱਝ ਖੜੀ ਹੈ, ਜੇਰ ਮੱਝ ਨੇ ਪਾ ਲਈ ਹੈ। ਮੱਝ ਨੂੰ ਜਨਾਬ ਜਿਹੜੀ ਚਮੜੀ ਹੈ ਬਿਲਕੁਲ ਰੇਸ਼ਮ ਵਰਗੀ, ਪੂਛ ਮੱਝ ਨੂੰ ਛਮਕਾਂ ਵਰਗੀ ਔਰ ਡੋਰ ਵਰਗੀ ਪੂਛ ਹੈ। ਕੈਮਰਾਮੈਨ ਸਾਹਿਬ ਇਹਦੇ ਸਾਈਡ ਤੋਂ ਹੋ ਕੇ ਆਰਡਰ ਮੱਝ ਦਾ ਵਿਖਾਉਣਾ ਹੈ। ਮਾਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਦੋਸਤਾਂ ਨੇ ਅੱਜ ਮਾਸ਼ਾਅੱਲਾ ਦੇ ਕਮੈਂਟ ਕਰਨੇ ਨੇ। ਇਨਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਮੱਝ ਮਾਸ਼ਾਅੱਲਾ ਪੰਡਾ ਔਰ ਮਸ਼ਕਾਂ ਬੰਨੀ ਫਿਰਦੀ ਹੈ, ਦੁਨੀ ਕੌੜੀ ਤੋਂ ਪਾਕ ਮੱਝ, ਹੱਥਾਂ ਪੈਰਾਂ ਦੀ ਸਾਫ਼। ਮੱਝ ਨੂੰ ਲੱਤਾਂ ਕਿੰਨੀਆਂ ਮੋਟੀਆਂ ਨੇ ਕੈਮਰਾਮੈਨ ਸਾਹਿਬ, ਅਗਲੀਆਂ ਲੱਤਾਂ ਵਿਖਾਉਣੀਆਂ ਨੇ, ਪਿਛਲੀਆਂ ਪੱਟ ਮੱਝ ਨੂੰ ਚੰਗੇ। ਮੱਝ ਨੂੰ ਡਾਕਾਂ ਬੜੀਆਂ ਪਿਆਰੀਆਂ, ਕਿਤੇ ਕਿਤੇ ਡਾਕਾਂ ਪਈਆਂ ਨੇ ਦੋਸਤਾਂ ਨੇ ਵੇਖਣੀਆਂ ਨੇ। ਮਾਸ਼ਾਅੱਲਾ ਗੜਵੇ ਨਾਲ ਟੰਗ ਲਓ ਅੱਲਾ ਦੇ ਹੁਕਮ ਨਾਲ। ਦੋਸਤ ਬਸ ਸੁਣਦੇ ਰਹਿੰਦੇ ਨੇ ਕਿ ਡਾਕਾ ਇੰਝ ਅਤੇ ਉਂਝ, ਅਤੇ ਗੜਵੇ ਟੰਗ ਲਓ ਅਤੇ ਯੇ ਅਤੇ ਵੋ ਅਤੇ ਫਲਾਣ। ਇਵੇਂ ਦੇ ਜਨਾਬ ਡਰਾਮੇ ਜਿਹੜੇ ਨੇ ਸਾਨੂੰ ਨਹੀਂ ਆਉਂਦੇ। ਅਸੀਂ ਜੈਨਮਨ ਮੱਝਾਂ ਦੱਸਦੇ ਹਾਂ, ਜੈਨਮਨ ਕੰਮ ਕਰਕੇ ਵਿਖਾਈਦਾ ਔਰ ਕਰੀਦਾ। ਮੱਝ ਨੂੰ ਮਾਸ਼ਾਅੱਲਾ ਟੁਰਦੀ ਫਿਰਦੀ ਨੂੰ ਆਰਡਰ ਵੇਖਣਾ ਅੱਲਾ ਦੇ ਹੁਕਮ ਨਾਲ। ਇਵੇਂ ਦੇ ਆਰਡਰ ਹਜ਼ਾਰਾਂ ਮੱਝਾਂ ਦੇ ਵਿੱਚੋਂ ਕਿਨਾਂ ਮੱਝਾਂ ਨੂੰ ਲੱਗਦੇ ਨੇ, ਵਰਨਾ ਐਵੇਂ ਦਾ ਆਰਡਰ ਨਹੀਂ ਲੱਭਦਾ, ਐਵੇਂ ਦਾ ਥਣ ਚੱਡਾ ਨਹੀਂ ਲੱਭਦਾ, ਐਵੇਂ ਦੇ ਲਿਬਾਸ ਨਹੀਂ ਲੱਭਦੇ ਅੱਲਾ ਦੇ ਹੁਕਮ ਦੇ ਨਾਲ। ਮੱਝ ਟੁਰਦੀ ਫਿਰਦੀ ਤੁਹਾਨੂੰ ਵਿਖਾਉਂਦੇ ਪਏ ਹਾਂ, ਕੋਈ ਪੈੜਾ ਛਿਕਾ ਕੇ ਨਹੀਂ, ਪੱਟੇ ਸੜ ਕੇ ਨਹੀਂ, ਇੱਕ ਰੰਗ ਸ਼ਾਹ ਕਾਲੀ ਮੱਝ ਹੈ। ਮੱਝ ਨੂੰ ਅੱਖਾਂ ਬੜੀਆਂ ਮੋਟੀਆਂ ਔਰ ਖੂਬਸੂਰਤ ਲੱਗਦੀਆਂ ਪਈਆਂ ਨੇ, ਕਾਲੀਆਂ ਅੱਖਾਂ ਨੇ ਸਿਰ। ਮੱਝ ਨੂੰ ਕੁੰਡਾ ਬੁੱਥੀ ਬੜੀ ਪਿਆਰੀ, ਕੰਨ ਚੈੱਕ ਕਰਨੇ ਨੇ ਵਿੱਚ ਕੰਨਾਂ ਦੇ ਪਛਮਾਂ ਮਾਸ਼ਾਅੱਲਾ ਗੇਟ ਗੇਟ ਪਛਮ। ਮੱਝ ਨੂੰ ਗਰਦਨ ਵੇਖਣੀ ਹੈ ਕਿਤਨੀ ਬਰੀਕ ਔਰ ਲੰਮੀ, ਮਾਸ਼ਾਅੱਲਾ ਬੜੀ ਖੂਬਸੂਰਤ, ਹਰ ਤਰ੍ਹਾਂ ਦੇ ਨਾਲ ਮੱਝ ਤੁਹਾਨੂੰ ਵਿਖਾਈ ਜਾ ਰਹੀ ਹੈ। ਮੱਝ ਨੂੰ ਬਾਡੀ ਸਟਰਕਚਰ ਇੰਤਹਾਈ ਖੂਬਸੂਰਤ ਜੇ, ਪਿੱਛੇ ਕੀ ਹੈ ਜੀ, ਕੱਟੀ ਮਾਸ਼ਾਅੱਲਾ, ਐਵੇਂ ਦੀਆਂ ਮੱਝਾਂ ਦੀਆਂ ਜਿਹੜਾ ਨਾ ਕੱਟੀਆਂ ਹੀ ਬੰਦਾ ਰੱਖ ਲਵੇ ਤੇ ਉਹ ਵੀ ਪੈਸੇ ਪੂਰੇ ਕਰ ਜਾਂਦੀਆਂ ਨੇ। ਕੱਟੀ ਮਾਸ਼ਾਅੱਲਾ ਮੱਝ ਦੇ ਪਿੱਛੇ ਬੜੀ ਖੂਬਸੂਰਤ। ਮੱਝ ਨੂੰ ਆਰਡਰ ਇਤਨਾ ਵੱਡਾ ਹੈ ਕਿ ਮੱਝ ਜਿਹੜੀ ਹੈ ਨਾ ਪਿਛਲੀ ਲੱਤ ਅਗਲੀ ਲੱਤ ਨਾਲੋਂ ਪੂਰੀ ਗਿੱਠ ਬਾਹਰ ਰੱਖਦੀ ਹੈ,
ਉਹਦੀ ਵਜ੍ਹਾ ਇਹ ਹੈ ਕਿ ਮਾਈ ਨੂੰ ਆਰਡਰ ਇੰਨਾ ਵੱਡਾ ਮਾਸ਼ਾਅੱਲਾ ਕੱਟੀ ਹੋਈ ਹੈ, ਆਰਡਰ ਜਿਹੜਾ ਹੈ ਨਾ ਉਹ ਦੱਗ ਕੇ ਲੱਤ ਨੂੰ ਬਾਹਰ ਰੱਖਦਾ ਹੈ ਵੀ ਇੱਥੇ ਰੱਖ ਲੱਤ ਮਾਸ਼ਾਅੱਲਾ ਜੀ। ਕੱਟੀ ਚੈੱਕ ਕਰਨੀ ਹੈ, ਕੱਟੀ ਵੀ ਇੱਕ ਰੰਗ ਸ਼ਾਹ ਕਲੀ ਪੂਛ ਦੇ ਚਾਰ ਇੰਚ ਕੰਨ ਵੇਖ ਕੰਨ ਸਫੈਦ ਆ ਡਾਲ ਵੇਖਦੇ ਪੈਨ ਪਿੱਛੋਂ ਕਿੱਥੇ ਖਲੀ ਦੱਗੋ ਅੱਗੋਂ ਹੁਣ ਲਾ ਮਾਸ਼ਾਅੱਲਾ 4-6 ਇੰਚ ਨੀਵੀਂ ਕੱਟੀ ਹੈ ਕੱਟੀ ਮਾਸ਼ਾਅੱਲਾ ਬੜੀ ਖੂਬਸੂਰਤ ਤੇ ਕੈਮਰਾਮੈਨ ਸਾਹਿਬ ਦੁਬਾਰਾ ਥੋੜਾ ਜਿਹਾ ਨਜ਼ਰ ਮਰਾਣੀ ਹੈ ਮਾਈ ਨੂੰ ਮਾਈ ਦਾ ਸਾਰਾ ਦੋ ਆਰਡਰ ਵਗਾ ਦੀ ਉੱਥੇ ਜਿੰਨਾ ਦਾ ਵਿਖਾ ਮਾਸ਼ਾਅੱਲਾ ਜੀ। ਅੱਜ ਰੇਟ ਮੁਨਾਸਬ ਬਣੇ ਨੇ, ਰੇਟ 6-7-8-9 ਲੱਖ ਤੇ 12 ਲੱਖ ਨਹੀਂ ਆਉਣਾ ਜਨਾਬ ਸਾਡੇ ਕੋਲ ਪਹਿਲਾਂ ਮੀਣੀ ਵੀ ਪੈਂਦੀ ਹੈ ਤੇ ਡਾਕ ਤਲਵਾਰੀ ਵੀ ਪੈਂਦੀ ਹੈ ਮਾੜੀ ਜੇ ਮੱਝ ਮਾਸ਼ਾਅੱਲਾ ਪਹਿਲਾਂ ਹੋ ਕੇ ਗਰਮਾ ਵਾਲੀ ਨੇ ਪੰਡਾਂ ਲਾਈਆਂ ਹੋਈਆਂ ਨੇ ਆਰਡਰ ਜੋਟੀ ਨੂੰ ਬੜਾ ਖੂਬਸੂਰਤ ਫੁੱਟ ਚੈੜਾ ਚੈੱਕ ਕਰਨਾ ਹੈ ਅਤੇ ਖੁੱਲ੍ਹਾ ਮਾਸ਼ਾਅੱਲਾ ਜੋਟੀ ਨੂੰ ਜਿਹੜਾ ਥਣ ਲੱਗਿਆ ਬੜਾ ਬੇਕੀਮਤਾ ਥਣ ਹੈ ਰੁਗ ਰੁਗ ਦਾ ਅਤੇ ਮੁੱਠੀ ਮੁੱਠੀ ਦਾ ਥਣ ਹੈ। ਮਾਈ ਦਾ ਕੈਮਰਾਮੈਨ ਸਾਹਿਬ ਜਿਹੜਾ ਇਹਨਾਂ ਖੁੱਡਾ ਵਿਖਾਉਣਾ ਹੈ 1-1.5 ਫੁੱਟ ਮਾਈ ਨੂੰ ਖੁੱਲ੍ਹਾ ਖੁੱਡਾ ਅਤੇ ਬੜਾ ਖੂਬਸੂਰਤ ਇਹ ਪੂਛ ਹੁੰਦੀ ਜੇ ਛਮਕਾਂ ਵਰਗੀ ਅਤੇ ਡੋਰ ਵਰਗੀ ਪੂਛ ਮਾਸ਼ਾਅੱਲਾ ਇੰਝ ਚੈੱਕ ਕਰਨਾ ਵੀ ਇੱਥੋਂ ਲੈ ਕੇ ਐਂਡ ਤੱਕ ਬਰੀਕ ਹੈ ਇਹ ਤੂੰ ਚੈੱਕ ਕਰਵਾਉਣੀ ਹੈ ਇਹ ਵਿੱਚ ਪਾਉਣ ਦੀ ਕਿਹੜੀ ਗੱਲ ਆ ਵੇਖ ਸਾਰੀ ਵਲੇਟ ਕੇ ਜਿੱਥੇ ਮਰਜ਼ੀ ਲੈ ਜਾਓ ਜੀ ਆ ਵੇਖ ਲੈ ਇਹ ਮਾਸ਼ਾਅੱਲਾ ਪਾੜੀ ਨਾ ਖਲੇ ਦੋਸਤ ਐਵੇਂ ਗੱਲਾਂ ਕਰਦੇ ਨੇ ਅਸੀਂ ਕਿਤੇ ਗੱਲਾਂ ਨਹੀਂ ਕੀਤੀਆਂ ਕੰਮ ਕਰਕੇ ਵਿਖਾਈਦਾ ਇੰਜ ਬਰੀਕ ਮੱਝਾਂ ਆਉਂਦੀਆਂ ਨੇ ਮੱਝ ਸੰਭੀ ਪਲੀ ਹੋਈ ਮਾਸ਼ਾਅੱਲਾ ਪੂਛ ਤੁਸੀਂ ਪਤਾ ਲੱਗ ਜਾਂਦਾ ਵੀ ਮੱਝ ਨੀਲੀ ਦੀ ਹੈ ਜਾਂ ਮੱਝ ਰਾਵੀ ਦੀ ਹੈ ਮੱਝ ਨੂੰ ਬਾਡੀ ਸਟਰਕਚਰ ਹੁੰਦਾ ਹਾਈ ਖੂਬਸੂਰਤ ਬੜੀ ਸਮਾਰਟ ਜਿਹੀ ਮੱਝ ਹੈ। ਇੱਕ ਦੋਸਤ ਹੈ ਸਾਡਾ ਉਹਦਾ ਵੀ ਮੱਝ ਦੀ ਜਿਹੜੀ ਹੈ ਨਾ ਜਾਨ ਉਹ ਸਮਾਰਟ ਹੋਣੀ ਚਾਹੀਦੀ ਹੈ ਸਮਾਰਟ ਮਾਸ਼ਾਅੱਲਾ ਮੱਝ ਪੂਰੀ ਬੜੀ ਖੂਬਸੂਰਤ ਪਹਿਲਾਂ ਹੋ ਗਿਆ ਕੱਦ ਚੰਗਾ ਲੰਬਾਈ ਮੱਝ ਨੂੰ ਚੰਗੀ ਮੱਝ ਨੂੰ ਚਿਹਰਾ ਬੜਾ ਪਿਆਰਾ ਔਰ ਖੂਬਸੂਰਤ ਅੱਖਾਂ ਕਾਲੀਆਂ ਦੋਵੇਂ ਮੱਝਾਂ ਜਨਾਬ ਸ਼ਾਹ ਕਾਲੀਆਂ ਨੇ ਸਿਰਫ ਪੂਛ ਦਾ ਇੱਕ ਇੱਕ ਗੇੜ ਸੁੱਟਾ ਸਫੈਦ ਮੱਝ ਨੂੰ ਬਿਰਲ ਚੰਗੀ ਵੰਡਾ ਚੰਗੀਆਂ ਲਿਬਾਸ ਬੜਾ ਬਿਹਤਰੀਨ ਔਰ ਖੂਬਸੂਰਤ ਹੈ ਬੜਾ ਹੀ ਪਿਆਰਾ ਲਿਬਾਸ ਹੈ ਬਾਡੀ ਸਟਰਕਚਰ ਇਹਦਾ ਹੀ ਖੂਬਸੂਰਤ ਹੈ ਇਹਦੇ ਪਿੱਛੇ ਕੱਟਿਆ ਕਿ ਕੱਟੀ ਮਾਸ਼ਾਅੱਲਾ ਜੀ ਦੋਵਾਂ ਦੇ ਪਿੱਛੇ ਕੱਟੀਆਂ ਪਹਿਲਾਂ ਕੱਟੀ ਅਤੇ ਪਿੱਛੇ ਵੀ ਕੱਟੀ ਚੰਗਾ ਕੱਦ ਚੰਗੀਆਂ ਲਬਾਈਆਂ ਮਾਈ ਨੂੰ ਜਨਾਬ ਆਰਡਰ ਫਿਰ ਮੱਝ ਐਵੇਂ ਟੁਰਦੀ ਹੈ ਜਿਵੇਂ ਮੋਰ ਪਹਿਲਾਂ ਪਾ ਕੇ ਟੁਰਦਾ ਪਹਿਲਾਂ ਹੋ ਕੇ ਮਾਸ਼ਾਅੱਲਾ ਜੀ ਬੜੀ ਖੂਬਸੂਰਤ ਜੋਟੀ ਜੋਟੀ ਦੀ ਲੰਬਾਈ ਦੋਸਤਾਂ ਨੇ ਵੇਖਣੀ ਹੈ ਦੁਨੀ ਕੋੜੀ ਵੇਖ ਲੈਣੀ ਹੈ ਮਾਸ਼ਾਅੱਲਾ ਚਿਹਰਾ ਬੜਾ ਪਿਆਰਾ ਮੌਕੇ ਫਰਾਡ ਦੇ ਠੱਗੀ ਵਾਲਾ ਕੰਮ ਹੀ ਕੋਈ ਨਹੀਂ ਜਿਹੜੇ ਵੀਰਾਂ ਨੂੰ ਪਸੰਦ ਆਉਣ ਮੌਕੇ ਤੇ ਆਏ ਆਪਣੀਆਂ ਚੋ ਕੇ ਪਾਸ ਕਰਕੇ ਲੈ ਜਾਵੇ ਕੋਈ ਜਨਾਬ ਤੁਹਾਨੂੰ ਇਹ ਨਹੀਂ ਆਖਣਿਆ ਵੀ ਬਿਆਨਾ ਕਰਵਾਓ ਤੇ ਮਾਝ ਤੁਹਾਨੂੰ ਫਿਰ ਵੀ ਖਾਵਾਂਗੇ ਐਵੇਂ ਦਾ ਕੰਮ ਆਪਾਂ ਨਹੀਂ ਕਰਨਾ ਮਾਸ਼ਾਅੱਲਾ ਇਹ ਵੀ ਜਨਾਬ ਕੱਟੀ ਇਹਦੇ ਪਿੱਛੇ ਵੀ ਤੇ ਵੀ ਸਜਰੀ ਸੂਈ ਹੈ ਦਿਹਾੜੀ ਦੀ ਜਾਂ ਦੋ ਦਿਹਾੜਿਆਂ ਦੀ ਕੈਮਰਾਮੈਨ ਸਾਹਿਬ ਮਾਝ ਤੇ ਦੁਬਾਰਾ ਲਾ ਦੋਸਤਾਂ ਦਾ ਦਿਲ ਰਾਜ਼ੀ ਹੋਵੇ ਮੁੜ ਮੁੜ ਸੱਜਣ ਬੇਲੀ ਸ਼ੌਕ ਕਰਨ ਇਸ਼ਕ ਕਰਨ ਤਾਂ ਕਿ ਦੋਸਤਾਂ ਨੂੰ ਪਤਾ ਚੱਲੇ ਵੀ ਮੱਝਾਂ ਜਿਹੜੀਆਂ ਨੇ ਉਹ ਪਾਕਿਸਤਾਨ ਪੰਜਾਬ ਟੀਵੀ 'ਤੇ ਲੱਗਦੀਆਂ ਨੇ ਕੁਆਲਿਟੀ ਵਾਲੀਆਂ ਅਤੇ ਨਸਲ ਜ਼ਾਤ ਵਾਲੀਆਂ ਅਤੇ ਦੁੱਧ ਵਾਲੀਆਂ ਅੱਲਾ ਦੇ ਹੁਕਮ ਦੇ ਨਾਲ ਅੱਜ ਸੱਜਣਾਂ ਦੇ ਰੂਹ ਰਾਜ਼ੀ ਹੋਣੇ ਨੇ ਜਿਹੜੇ ਦੋਸਤ ਪਿਆਰ ਕਰਦੇ ਨੇ ਸਾਡੇ ਨਾਲ ਸਾਡੇ ਸਿਸਟਮ ਦੇ ਨਾਲ ਜੁੜੇ ਹੋਏ ਨੇ
ਅੱਜ ਜਨਾਬ ਉਹਨਾਂ ਬਾਈਆਂ ਵਾਸਤੇ ਹੈ ਪੈਕੇਜ ਇਵੇਂ ਜੀ ਜੀ ਇਨਸ਼ਾਅੱਲਾ ਪਿਆਰ ਵਾਲੇ ਪੈਕੇਜ ਆਉਣੇ ਨੇ ਕਿਉਂਕਿ ਵਾਹ ਵਾਹ ਦਿਨਾਂ ਬਾਅਦ ਜਨਾਬ ਭਾਈ ਹੋਰੀ ਆਏ ਨੇ ਸਕਰੀਨ ਤੇ ਤੇ ਮਾਸ਼ਾਅੱਲਾ ਰੇਟ ਮੁਨਾਸਿਬ ਇਨਸ਼ਾਅੱਲਾ ਤਾਲਾ ਦੋਸਤਾਂ ਬਰਾਵਾਂ ਦਾ ਰੂਹ ਰਾਜ਼ੀ ਹੋਇਆ ਸੀ ਰੇਟ ਵੀ ਮਕਬੂਲ ਸੀ ਤੇ ਜਾਨਵਾਰੀ ਆਪਣੇ ਮਾਸ਼ਾਅੱਲਾ ਜਾਨ ਨੂੰ ਚੰਗਣ ਠੀਕ ਹੈ ਭਾਈ ਹੋਰਾਂ ਦਾ ਜਨਾਬ ਕੰਮ ਮਾਸ਼ਾਅੱਲਾ ਅੱਛਾ ਹੈ ਮੱਝਾਂ ਮੌਕੇ ਤੇ ਜ਼ਿਆਦਾ ਵਿਕਦੀਆਂ ਨੇ ਲੇਕਿਨ ਇਹਦਾ ਪਿਆਰ ਹੈ ਕਿ ਸਾਨੂੰ ਟਾਈਮ ਦਿੰਦਾ ਹੈ ਚਾਂਸ ਦਿੰਦਾ ਹੈ ਕਿਉਂਕਿ ਜਿੱਥੇ ਪਿਆਰ ਹੋਵੇ ਫਿਰ ਜਨਾਬ ਹਿਸਾਬ ਨਹੀਂ ਹੁੰਦੇ ਤੁਹਾਡੇ ਨਾਲ ਪਿਆਰ ਹੈ ਸਾਰਾ ਵੇਖਣ ਵਾਲੇ ਬਾਈਆਂ ਦੇ ਨਾਲ ਕਿਉਂਕਿ ਤੁਹਾਡੇ ਪਿਆਰ ਦੇ ਨਾਲ ਹੀ ਸਾਰਾ ਕੰਮ ਚੱਲ ਰਿਹਾ ਤੇ ਚੱਲਦਾ ਰਹਾ ਸੀ ਇਨਸ਼ਾਅੱਲਾ ਬਾਈ ਜਾਨ ਕੀ ਹਾਲ ਜੀ ਅਲਹਮਦੁਲਿਲਾ ਸਿਹਤ ਤੇ ਬੇਤਾਂ ਠੀਕ ਸ਼ੁਕਰ ਹੈ ਮੇਰੇ ਮਾਲਕ ਦਾ ਜੀ ਅੱਛਾ ਜੀ ਪਹਿਲੇ ਨੰਬਰ ਤੇ ਮੱਝ ਜਿਹੜੀ ਆਪਾਂ ਵਿਖਾਈਏ ਕਿੰਨਵਾਂ ਵਾਰਾ ਸੋਈ ਹੈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਯਾਰ ਸਹੀ ਹੈ ਅੰਗੂਠੇ ਅੰਗੂਠਿਆ ਸੀ ਜਿਵੇਂ ਮੈਂ ਥਾਣੇ ਨਾ ਰੋਕ ਰੋਕਦਾ ਇਵੇਂ ਇਨਸ਼ਾਅੱਲਾ ਤਾਲਾ ਦਾਰੀ ਡੀਡੀ ਮੋਟੀ ਬਾਕੀ ਮਾਜ ਸੂਈ ਗਲੀ ਹੈ ਗੱਬਣ ਹੈ ਕੋਨੀ ਤੁਸੀਂ ਆ ਕੇ ਪਾਸ ਕਰਕੇ ਚੋ ਜੀ ਬਿਸਮਿਲ੍ਲਾ ਜਿਹੜਾ ਦੋਸਤ ਵਿਰਾ ਆਵੇ ਠੀਕ ਹੈ ਜੀ ਆਦੀ ਚੋ ਕੇ ਪਾਸ ਕਰੇ ਚੋਵੇ ਠੀਕ ਹੈ ਸਾਨੂੰ ਕੋਈ ਟੈਨਸ਼ਨ ਨਹੀਂ ਇਨਸ਼ਾਅੱਲਾ 16 ਆਨੇ ਮਾਲ ਆਪਣੇ ਕੋਲ ਹੈ ਕੰਮ ਹੀ ਸੁੱਚਾ ਸੱਚਾ ਕਰਦਾ ਕਦੀ ਨਹੀਂ ਇਸ ਤਰੀਕੇ ਨੂੰ ਧੋਖੇਬਾਜ਼ੀ ਅੱਲਾ ਨਾ ਕਰਾਵੇ ਯਾਰ ਹਰ ਬੰਦਾ ਪੈਸੇ ਭਰਦਾ ਕੰਮ ਖਰੇ ਸਵਾ ਦੇ ਤੇ ਫਾਇਦਾ ਹਾਂਜੀ ਐਵੇਂ ਕੋਈ ਗੱਲ ਅੱਛਾ ਰੇਟ ਮੇਰਾ ਵੀਰ ਤੇ ਨਾ ਪਹਿਲੇ ਵਾਦਾ ਕੀਤਾ ਅੱਜ ਦੀ ਤੇਰੀ ਵੀਡੀਓ ਚ ਰੇਟ ਹੀ ਤੰਗ ਮناسب ਹੋ ਸੀ ਨਾ ਵੀ ਤੇਰੇ ਕਮੈਂਟ ਆ ਸਨ ਦੋਸਤ ਆ ਸਾਰੇ ਵਪਾਰੀਆਂ ਨੂੰ ਚੈਲੰਜ ਕਰਦੇ ਵੀ ਐਵੇਂ ਦੀ ਮਾਜ ਜਿਹੜੇ ਇਹਨੇ ਰੇਟਾਂ ਦੇ ਵਿੱਚ ਯਾਰ ਆਪਾਂ ਮਤਲਬ ਕਿ ਘਕਾਰ ਨਹੀਂ ਮਾਰਦੇ ਆ ਠੀਕ ਹੈ ਬਲੀਦਾਨ ਮੇਰੇ ਅੱਲਾ ਦੀ ਹੈ ਬਿਲਕੁਲ ਸਾਡੇ ਵਾਸਤੇ ਇਨਸਾਨੀਅਤ ਹੈ ਕਿ ਅਸੀਂ ਜਾਨਵਰ ਦਾ ਰੇਟ ਵੇਖ ਸੋਚ ਤੱਕ ਬਸ ਅਸੀਂ ਵੇਖ ਕੇ ਰੇਟ ਕਰਨਾ ਤੇ ਪਿਆਰ ਵਾਲਾ ਨਹੀਂ ਵੇਖਣਾ ਮناسب ਯੈਸ ਨੋ ਮناسب ਹੋ ਸੇ ਇਨਸ਼ਾਅੱਲਾ ਤਾਲਾ ਹਾਂਜੀ ਯਾਰ ਬਾਉ ਕੋਈ ਇਹਦਾ ਆਪਾਂ ਵੱਡਾ ਮੁੱਲ ਨਹੀਂ ਕਰਨੇ ਆ ਲੋਕੀ 6-7 ਲੱਖ ਕੀਤੀ ਜਾਣ ਹਰ ਬੰਦੇ ਫੇਲ ਹੈ ਆਪਣਾ ਠੀਕ ਹੈ ਲੇਕਿਨ ਪਿਆਰ ਵਾਲਾ ਰੇਟ ਹੈ ਹਸਨੋ ਵਾਲਾ 5,30,000 ਕੋਈ ਬੰਦਾ ਨਹੀਂ ਕਰਸੀ ਨਾ ਬੋਲੇ ਇਹੋ ਰੰਗੀ ਜੋਟੀ ਦਾ ਦੂਜਿਆਂ ਨੂੰ ਜੋਟੀ ਇਸ ਤਰ੍ਹਾਂ ਦੀ ਹੋਵੇ ਜਿਵੇਂ ਪੰਡਾਂ ਦੀ ਹੋਵੇ ਤਾਂ ਕੋਈ ਪਿਆਰ ਆਖਾਂ ਮੈਂ ਥੋੜਾ ਜਿਹਾ ਵਿੱਚ ਪਿਆਰ ਹੋਰ ਪਾ ਮਰਜ਼ੀ ਵਾਲਾ ਥੱਲੇ ਕੱਟੀ ਇਹ ਤਾਂ ਯਾਰ ਰੇਟ ਅੱਗੇ ਅੱਜ ਜਿਹੜਾ ਹੈ ਨਾ ਮੁੜ ਵੀ ਪਿਆਰ ਕਰ ਹੁਣ ਪਿਆਰ ਤੈਨੂੰ ਮੈਂ ਆਖਾਂ ਯਾਰ ਤੇ ਤੇਰਾ ਆ ਗਿਣੀ ਬਣਾ ਪਹਿਲੇ ਵਾਲਾ ਕੋਈ ਨਹੀਂ ਗਿਣਦਾ ਯਾਰ ਪਹਿਲੇ ਹੀ ਮੂੰ ਜੈਦ ਮੈਂ ਆ ਨਾ ਮਜ਼ੀਦ ਕੋ ਮਾੜਾ ਮਟਾ ਇਹਦੇ ਵਿੱਚ ਮਾੜਾ ਮੋਟਾ ਕੋਈ ਨਹੀਂ ਮੁੜ ਕੇ ਉਤਲਾ 6 ਵਾਲਾ ਪਹਾੜਾ ਹੀ ਮੂੰ ਲਾ ਛੜਨੇ ਪੂਰੇ 5 ਲੱਖ ਦੇ ਪੂਰੇ 5 ਦੀ ਹੋ ਪੂਰੇ 5 ਦੀ ਤੁਸੀਂ ਪੂਰਾ ਗਿਆ ਇਹ ਦੋਸਤ ਨਾ ਆਖਣ ਕਿ ਯਾਰ ਅੱਗੇ ਮੁੱਲ ਜਾਇਜ਼ ਕੀਤਾ ਤੇ 5 ਛੱਡਿਆ ਸ ਕਈਆਂ ਅੱਜ ਜਨਾਬ ਰੇਟ ਮناسب ਨੇ ਜਾਨਵਰ ਕੁਆਲਿਟੀ ਵਾਲੇ ਨੇ ਅੱਛਾ ਅੱਗੇ ਪਹਿਲਣ ਜੁਟਿਆ ਕਿ ਕਿੰਨੇ ਦਿਨਾਂ ਦੀ ਸੋਈ ਹੈ ਜੀ ਤਕਰੀਬਨ ਅੱਜ ਨੂੰ ਦੂਆ ਦੇ ਤ੍ਰੀਆ ਦੇ ਸੋਈ ਤੀਸਰਾ ਦਿਨ ਕਿੰਨਾ ਬੋਲਾ ਕਰਦੀ ਬਈ ਬੋਲਾ ਹਾਜ਼ਰ ਇਸ ਟਾਈਮ ਜਿਹੜਾ ਕਰਦੀ ਪਈ ਹੈ ਨਾ ਸਾਰਾ ਬੱਚਿਆਂ ਨੂੰ ਕੱਢਦੀ ਹੋ ਸਾਰਾ ਮਾਜ ਕਰ ਪੂਰਾ ਆ ਸਾਰੇ ਨਿਚੋੜ ਸਾਰਾ ਇਸ ਟਾਈਮ ਦਾ ਅਗੜਵੀਆਂ ਸਹੀ ਹੈ ਲੋਕੀ ਦਾ ਕੂੜ ਮਾਰ ਲੈਂਦੇ ਨਾ ਕਿ 15 ਕਿਲੋ ਤੇ 14 ਕਿਲੋ ਭਾਈ ਨਹੀਂ ਜਿਹੜਾ ਹਾਜ਼ਰ ਚਵਾ ਸਕਨੇ ਆ ਸੀ ਇਨਸ਼ਾਅੱਲਾ ਗੱਲ ਸਾਰੀ ਮਾਜ ਜੋ ਵੀ ਹੈ ਤੇ 10 ਲੀਟਰ ਹੈ ਬੱਚਿਆਂ ਨੂੰ ਆਪਣੀ ਮਰਜ਼ੀ ਦੇ ਨਾਲ ਤੁਸੀਂ 5 ਕਿਲੋ ਛੱਡੋ ਤੁਸੀਂ ਨਾ ਦਿਹਾੜੀ ਦਿਹਾੜੀ ਵੱਧ ਸੀ ਇਨਸ਼ਾਅੱਲਾ ਤਾਲਾ ਬਿਲਕੁਲ ਨਸਲੀ ਦੋ ਕੋਈ
ਬੱਚਿਆਂ ਨੂੰ ਛੱਡ ਕੇ 12 13 ਕੀਤੀ ਰੱਖ ਸੀ ਨਾ 15 16 11 12 13 ਸਕੂਨ ਨਾ ਕਰ ਸੀ ਜੇ ਇਤਨਾ ਤਾਂ ਕਰਨਾ ਚਾਹੀਦਾ ਇਸ ਮਾਜ ਨੂੰ ਬਾਡੀ ਤੇ ਕਾਦਸ਼ਾਹ ਮਾਸ਼ਾਅੱਲਾ ਹਰ ਗੱਲ ਪੂਰੀ ਹੈ ਜੀ ਥਾ ਚਵਾ ਚੰਗੇ ਚਵਾ 16 ਨੇ ਬਾਈ ਜਾਨ ਇਹਦਾ ਹੁਣ ਕੀ ਰੇਟ ਜਿਹੜਾ ਆਪਾਂ ਲੈ ਲਵਣਾ ਇਹਦਾ ਵੀ ਰੇਟ ਕੋਈ ਨਹੀਂ ਕਰਨਾ ਆਪਾਂ ਯੈਸ ਨੋ ਵਾਲੇ ਬਸ ਯੈਸ ਨੋ ਪੂਰੀ ਸੋਹਣੀ ਜੀ ਗੱਲ ਉਸ ਜਿੱਥੇ ਆਪਾਂ ਪਸੰਦ ਆ ਸੀ ਹਾਂਜੀ ਠੀਕ ਹੈ ਕਿਉਂਕਿ ਰੇਟ ਕਰੀਏ ਨਾ ਜਾਇਜ਼ ਮਾਲ ਤਾਂ ਵਿਕਦਾ ਵੱਧ ਮੰਗੀ ਰੱਖੀ ਆਉਂਦਾ ਫਾਇਦਾ ਮੁੜ ਤੁਸੀਂ ਹੁਣ ਇਹਦੇ ਵਿੱਚ ਮੁੜ ਨਾ ਤੂੰ ਪਿਆਰ ਹੋਰ ਕਰਾ ਲਵੀਂ ਠੀਕ ਹੈ ਆਦੇ ਆਪੇ ਇਮਾਨੋ ਇਮਾਨੀ ਕਰ ਦੇ ਬਸ ਅੱਲਾ ਦੇ ਹੁਕਮ ਨਾਲ ਇਹ ਨਿੱਕਾ ਜਿਹਾ ਮੁੱਲ 3,95,000 ਕੋਈ ਬੰਦਾ ਮੈਨੂੰ ਇਹ ਰੰਗੀ ਜੋਟੀਆ 3,95 ਮੁੱਲ ਕਰ ਦੇ ਵਿਖਾਵੇ ਠੀਕ ਹੈ ਮੈਂ ਉਹਨੂੰ 95 ਦੇ ਵੇ ਥੋੜਾ ਜਿਹਾ ਪਿਆ ਨਹੀਂ ਹੁਣ ਕੋਈ ਨਹੀਂ ਥੋੜਾ ਜਿਹਾ ਨਹੀਂ ਬਰਾਵਾ ਥੋੜਾ ਜਿਹਾ ਮੁੜ ਇਹਦਾ ਹੁਣ ਉਹ ਅਗਲੀ ਨਾਲ ਮਿਕਸ ਕਰ ਤੇ ਪਾਈ ਤੈਨੂੰ ਹੋਰ ਕਰਨਾ ਚਾਹ ਰਹਿ ਤੇ 3,90,000 ਠੰਡਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੱਟੀ ਨੂੰ ਛੱਡਣਾ ਸਾਡੀ ਪਰ 10 ਛੱਡ ਦਿਓ ਤੇ ਭਾਵੇਂ 5 ਛੱਡ ਦਿਓ ਅਸੀਂ ਤੁਹਾਨੂੰ 10 ਲੀਟਰ ਮਿਲਾਣਾ ਅੱਲਾ ਦੇ ਹੁਕਮ ਨਾਲ ਲੰਬਾਈ ਕੱਦ ਹੁਸਨ ਬਰੀਕ ਮਾਸ਼ਾਅੱਲਾ ਪੂਰੀ ਦਿਲ ਮੇਰਾ ਕਰਦਾ ਮੈਂ ਦੁਬਾਰਾ ਕਰ ਦੋਸਤਾਂ ਮਾਸ਼ਾਅੱਲਾ ਦੀ ਬਾਤ ਚ 3,90,000 ਪਿੱਛੇ ਗੱਟੀ ਦੁੱਧ 10 ਲੀਟਰ ਰੱਖਿਆ ਜਨਾਬ ਜਿਹੜੀ ਪਹਿਲੇ ਨੰਬਰ ਤੇ ਮਾਜ ਤੁਹਾਨੂੰ ਵਿਖਾਈ ਗਈ ਹੈ ਮਾਜ ਵਾਰਾ ਦੂਸਰਾ ਸਜਰੀ ਸੋਈ ਮਾਜ ਪਿੱਛੇ ਮਾਜ ਦੇ ਕੱਟੀ ਬੜੀ ਖੂਬਸੂਰਤ ਆਰਡਰ ਮਾਜ ਨੂੰ ਚੰਗਾ 5,00,000 ਰੁਪਈਆ ਮਾਜ ਦੇ ਜਨਾਬ ਫਾਈਨਲ ਪੈਸੇ ਨੇ ਨੰਬਰ ਸਕਰੀਨ ਤੇ ਚੱਲਦਾ ਜੇ 0308-910-2811 ਦੇ ਕਾਲ ਵਟਸਐਪ ਈਮੋ ਸਾਰੀਆਂ ਸਹੂਲਤਾਂ ਮੌਜੂਦ ਹਨ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਕਰਨਾ ਲਾਈਕ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਹੈ ਸਜਣਾ ਬੇਲੀਆਂ ਦੇ ਨਾਲ ਅਗਾੜੀ ਦੇ ਵੀ ਆਰਡਰ ਪੂਰਾ ਚੈੱਕ ਕਰਨਾ ਹੈ ਪਿੱਗੇ ਆਰਡਰ ਅਗਾੜੀ ਦੇ ਮਾਸ਼ਾਅੱਲਾ ਦੇ ਪਿੱਛੇ ਵੀ ਪੂਰਾ ਕਰਮਾ ਵਾਲੀ ਮਾਸ਼ਾਅੱਲਾ ਕਮੀਆਂ ਛੱਡੀਆਂ ਹੀ ਕੋਈ ਨਹੀਂ ਨੇ ਨਵੀਂ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ ਹਾਜ਼ਰ ਹੋਵਾਂਗਾ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ।